ਭਾਰਤ ਦੇਸ਼ ਦੇ ਸਿਆਸਤਦਾਨ ਸਾਡੇ ਲੀਡਰ ਖਾਸ ਤੌਰ ਤੇ ਜੋ ਉੱਚੇ ਅਹੁਦੇ ਉੱਤੇ ਬੈਠੇ ਹੋਏ ਆ ਉਹ ਕਿਹੜੇ ਝੂਠ ਆ ਜਿਹੜੇ ਉਹ ਵਾਰ-ਵਾਰ ਬੋਲਦੇ ਆ ਅਤੇ ਉਹਨਾਂ ਦੁਆਰਾ ਬੋਲੇ ਜਾਂਦੇ ਉਹਨਾਂ ਵੱਡੇ ਝੂਠਾਂ ਦੇ ਵਿੱਚੋਂ 10 ਚੋਟੀ ਦੇ ਝੂਠ ਅਸੀਂ ਫੜ ਕੇ ਅੱਜ ਤੁਹਾਡੇ ਸਾਹਮਣੇ ਰੱਖਾਂਗੇ ਆਓ ਦੇਖਦੇ ਹਾਂ ਲੀਡਰਾਂ ਦੁਆਰਾ ਬੋਲੇ ਜਾਂਦੇ ਟੌਪ 10 ਝੂਠ ਅਤੇ ਨਾਲ ਦੇ ਨਾਲ ਜੋ ਨਵੇਂ ਦਰਸ਼ਕ ਸਾਡੇ ਨਾਲ ਜੁੜੇ ਆ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨ ਅਤੇ ਬੈਲ ਨੋਟੀਫਿਕੇਸ਼ਨ ਦਬਾ ਕੇ ਅਗਲੇ ਆਉਣ ਵਾਲੇ ਪ੍ਰੋਗਰਾਮਾਂ ਦੀ ਜਾਣਕਾਰੀ ਵੀ ਹਾਸਲ ਕਰਨ ਪਹਿਲਾ ਵੱਡਾ ਝੂਠ ਜਿਹੜੇ ਸਾਡੇ ਲੀਡਰ ਵਾਰ-ਵਾਰ ਬੋਲਦੇ ਆ ਖਾਸ ਤੌਰ ਤੇ ਜਿਹਨਾਂ ਨੂੰ ਕਿ ਅਹੁਦਾ ਮਿਲਿਆ ਹੁੰਦਾ ਜਾਂ ਜ਼ਿੰਮੇਵਾਰੀ ਮਿਲੀ ਹੁੰਦੀ ਹੈ ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਅਹੁਦੇ ਉੱਤੇ ਬੈਠੇ ਲੀਡਰ ਵਾਰ-ਵਾਰ ਇਹ ਬਿਆਨ ਦਿੰਦੇ ਆ ਕਿ ਇਸ ਮਾਮਲੇ ਦੀ ਜਾਂਚ ਕਰਾਈ ਜਾਊਗੀ ਜਾਂ ਅਸੀਂ ਜਾਂਚ ਕਮੇਟੀ ਬਣਾ ਦਿੱਤੀ ਆ ਜਿਹੜੀ 3 ਮਹੀਨਿਆਂ ਦੇ ਵਿੱਚ ਜਾਂ 3 ਹਫ਼ਤਿਆਂ ਦੇ ਵਿੱਚ ਆਪਣੀ ਜਾਂਚ ਪੂਰੀ ਕਰਕੇ ਦੇਊਗੀ ਤੇ ਕੋਈ ਵੀ ਦੋਸ਼ੀ ਬਖਸ਼ਿਆ ਨਹੀਂ ਜਾਊਗਾ ਇਹ ਜੋ ਜਾਂਚ ਕਮੇਟੀ ਬਣਾਉਣ ਦੀ ਗੱਲ ਲੀਡਰ ਕਰਦੇ ਆ 90% ਦੇ ਮਾਮਲਿਆਂ ਵਿੱਚ ਅਜਿਹਾ ਹੀ ਹੁੰਦਾ ਹੈ ਕਿ ਜਾਂਚ ਕਮੇਟੀ ਬਣਾ ਦਿੱਤੀ ਜਾਂਦੀ ਹੈ ਅਤੇ ਜਾਂਚ ਕਮੇਟੀ ਜਾਂਚ ਕਰਦੀ ਹੈ ਜਾਂ ਨਹੀਂ ਉਹ ਬਾਅਦ ਦੀ ਗੱਲ ਹੈ ਪਰ ਮਾਮਲਾ ਇੱਕ ਤਰ੍ਹਾਂ ਨਾਲ ਠੰਡੇ ਬਸਤੇ ਵਿੱਚ ਜ਼ਰੂਰ ਪੈ ਜਾਂਦਾ ਹੈ ਲੋਕਾਂ ਦਾ ਗੁੱਸਾ ਸ਼ਾਂਤ ਕਰਨ ਦੇ ਲਈ ਕੁਟਾਲੇ ਦੀ ਜੋ ਬਹੁਤ ਵੱਡੀ ਚਰਚਾ ਹੋ ਰਹੀ ਹੁੰਦੀ ਹੈ ਉਹਨੂੰ ਸ਼ਾਂਤ ਕਰਨ ਦੇ ਲੀਡਰ ਅਕਸਰ ਇਹ ਬਿਆਨ ਦਾਗ ਦਿੰਦੇ ਆ ਕਿ ਅਸੀਂ ਜਾਂਚ ਕਮੇਟੀ ਬਣਾਤੀ ਆ ਜਾਂਚ ਕਮੇਟੀ ਦੇ ਮੈਂਬਰਾਂ ਨੂੰ ਪੂਰੀਆਂ ਸਹੂਲਤਾਂ ਮਿਲ ਜਾਂਦੀਆਂ ਪੂਰਾ ਉਹਨਾਂ ਨੂੰ ਮਾਨ ਸਨਮਾਨ ਪੱਤੇ ਮਿਲਦੇ ਰਹਿੰਦੇ ਆ ਪਰ ਜਿਹੜੇ ਕੰਮ ਦੇ ਲਈ ਜਾਂਚ ਕਮੇਟੀ ਬਣਾਈ ਜਾਂਦੀ ਆ ਉਹ ਕੰਮ ਠੰਡੇ ਵਸਤੇ ਵਿੱਚ ਪਾਉਣ ਦਾ ਰਾਹ ਪੱਧਰਾ ਕਰਦਾ ਹੈ ਲੀਡਰਾਂ ਦੁਆਰਾ ਬੋਲਿਆ ਇਹ ਝੂਠ ਕੇ ਅਸੀਂ ਜਾਂਚ ਕਮੇਟੀ ਬਣਾ ਦਿਤੀ ਹੈ ਤੁਸੀਂ ਆਪ ਹੀ ਸੋਚੋ ਆਪ ਹੀ ਵਿਚਾਰੋ ਕਿ ਸਾਡੇ ਦੇਸ਼ ਵਿੱਚ ਕਿੰਨੇ ਵੱਡੇ ਕਪਲੇ ਹੋਏ ਆ ਕਿੰਨੇ ਵੱਡੇ ਘੁਟਾਲੇ ਹੋਏ ਆ ਉਹਨਾਂ ਸਾਰਿਆਂ ਦੀ ਜਾਂਚ ਕਮੇਟੀ ਬਣੀ ਸੀ ਹਰ ਇੱਕ ਘਟਨਾ ਕੋਈ ਵੀ ਮੰਦਭਾਗੀ ਘਟਨਾ ਜਦੋਂ ਵਾਪਰਦੀ ਆ ਤਾਂ ਉਹਦੀ ਜਾਂਚ ਕਮੇਟੀ ਬਣਾ ਦਿੱਤੀ ਜਾਂਦੀ ਆ ਦੇਰ ਅਸਲ ਜਾਂਚ ਕਮੇਟੀ ਬਣਾ ਕੇ ਲੀਡਰ ਇੱਕ ਤਰ੍ਹਾਂ ਦੇ ਨਾਲ ਆਪਣੀ ਜ਼ਿੰਮੇਵਾਰੀ ਤੋਂ ਸੁਰਖਰੂ ਹੋ ਜਾਂਦੇ ਆ। ਅਗਲਾ ਝੂਠ ਜਿਹੜਾ ਲੀਡਰ ਵਾਰ-ਵਾਰ ਬੋਲਦੇ ਆ ਉਹ ਇਹ ਆ ਕਿ ਜਦੋਂ ਕਹਿੰਦੇ ਆ ਕਿ ਅਸੀਂ ਇਸ ਮੁੱਦੇ ਉੱਤੇ ਵੱਡੀ ਤੋਂ ਵੱਡੀ ਕੁਰਬਾਨੀ ਦੇਣ ਨੂੰ ਤਿਆਰ ਆਂ। ਅਸੀਂ ਆਪਣੀ ਕੁਰਬਾਨੀ ਦੇਣ ਤੋਂ ਪਿੱਛੇ ਨਹੀਂ ਹਟਾਂਗੇ। ਆਮ ਤੌਰ ਤੇ ਕੋਈ ਲੋਕਾਂ ਦੇ ਨਾਲ ਸੰਬੰਧਿਤ ਮੁੱਦਾ ਹੁੰਦਾ ਆ ਉਦੋਂ ਲੀਡਰ ਇਹ ਬਿਆਨ ਦਾਗਦੇ ਆ ਜਦੋਂ ਗਵਰਨਮੈਂਟ ਵਿੱਚ ਨਹੀਂ ਹੁੰਦੇ, ਪਾਵਰ ਵਿੱਚ ਨਹੀਂ ਹੁੰਦੇ ਤੇ ਵਿਰੋਧੀ ਪਾਰਟੀ ਵਿੱਚੋਂ ਵਿਚਰ ਰਹੇ ਹੁੰਦੇ ਆ ਉਸ ਵੇਲੇ ਲੀਡਰ ਇਹ ਬਿਆਨ ਦਿੰਦੇ ਆ। ਹੁਣੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਕਿਹੜਾ ਐਸਾ ਲੀਡਰ ਹੈ ਜਿਹਨੇ ਇਤਾਂ ਹੀ ਲੋਕਾਂ ਬਦਲੇ ਜਾਂ ਲੋਕਾਂ ਦੇ ਕਿਸੇ ਮੁੱਦੇ ਬਦਲੇ ਕੁਰਬਾਨੀ ਦਿੱਤੀ ਹੋਵੇ ਦੇਸ਼ ਦੀ ਗੱਲ ਛੱਡੋ ਪੰਜਾਬ ਦੇ ਇਤਿਹਾਸ ਵਿੱਚ ਵੀ ਹੁਣ ਤੱਕ ਸਿਰਫ ਇੱਕ ਮਿਸਾਲ ਐਸੀ ਹੈ ਜਦੋਂ ਕਿਸੇ ਲੀਡਰ ਨੇ ਲੋਕਾਂ ਦੇ ਮੁੱਦੇ ਬਦਲੇ ਖੁਦ ਮੂਰੇ ਹੋ ਕੇ ਆਪਣੀ ਕੁਰਬਾਨੀ ਦਿੱਤੀ ਹੋਵੇ ਜਦੋਂ ਪੰਜਾਬੀ ਬੋਲੀ ਦੇ ਨਾਂ ਉੱਤੇ ਪੰਜਾਬ ਸੂਬਾ ਬਣਨਾ ਸੀ ਤਾਂ ਦਰਸ਼ਨ ਸਿੰਘ ਫੇਰੂਮਾਨ ਇਕਲੌਤੇ ਐਸ ਲੀਡਰ ਹੋਏ ਨੇ ਜਿਨ੍ਹਾਂ ਨੇ ਲੋਕਾਂ ਦੇ ਮੁੱਦੇ ਬਦਲੇ ਪੰਜਾਬ ਦੇ ਮੁੱਦੇ ਬਦਲੇ ਆਪਣੀ ਜਾਨ ਨਿਛਾਵਰ ਕਰ ਦਿੱਤੀ ਸੀ ਉਹਨਾਂ ਨੇ ਕੁਰਬਾਨੀ ਦਿੱਤੀ ਸੀ ਮਰਨਵਰਤ ਰੱਖਿਆ ਸੀ ਅਤੇ ਮਰਨਵਰਤ ਨਿਭਾ ਕੇ ਵੀ ਵਿਖਾਇਆ ਸੀ ਨਹੀਂ ਤਾਂ ਬਾਕੀ ਸਾਰੇ ਲੀਡਰ ਹੁਣ ਤੱਕ ਉਹ ਕੁਰਬਾਨੀ ਦੀ ਗੱਲ ਕਰਕੇ ਬੇਗਾਨੇ ਪੁੱਤਾਂ ਨੂੰ ਮਰਾਉਂਦੇ ਰਹੇ ਆ ਜਾਂ ਆਪ ਕੁਰਬਾਨੀ ਦੀਆਂ ਗੱਲਾਂ ਕਰਕੇ ਆਪਣੇ ਆਪ ਨੂੰ ਸੁਰੱਖਿਅਤ ਰੱਖਦੇ ਰਹੇ ਆ ਤੇ ਆਪਣੇ ਬੱਚਿਆਂ ਨੂੰ ਬਾਹਰਲੇ ਦੇਸ਼ਾਂ ਵਿੱਚ ਸੁਰੱਖਿਅਤ ਥਾਵਾਂ ਤੇ ਭੇਜਦੇ ਰਹੇ ਆ ਪਰ ਖੁਦ ਲੀਡਰ ਕਦੇ ਵੀ ਕੁਰਬਾਨੀ ਨਹੀਂ ਦਿੰਦੇ ਇਹ ਝੂਠ ਲੋਕਾਂ ਨੂੰ ਸਮਝ ਆ ਜਾਣਾ ਚਾਹੀਦਾ ਹੈ ਇਸ ਲਈ ਹੁਣ ਦੇ ਲੀਡਰ ਜਦੋਂ ਕੁਰਬਾਨੀ ਦੀ ਗੱਲ ਕਰਦੇ ਆ ਤਾਂ ਉਹ ਇੱਕ ਮਹਿਜ਼ ਝੂਠ ਅਤੇ ਵਿਖਾਵਾ ਹੀ ਹੁੰਦਾ ਹੈ ਇਸ ਤੋਂ ਬਾਅਦ ਸਾਡੇ ਦੇਸ਼ ਦੇ ਲੀਡਰ ਵੱਡੀਆਂ-ਵੱਡੀਆਂ ਰਕਮਾਂ ਦੀਆਂ ਗੱਲਾਂ ਕਰਦੇ ਆ ਜਿਵੇਂ 20000 ਕਰੋੜ 5 ਟ੍ਰਿਲੀਅਨ ਡਾਲਰ ਦੀ ਇਕਨੋਮੀ 1932 ਕਰੋੜ ਰੁਪਏ ਦਾ ਪੈਕੇਜ 15000 ਕਰੋੜ ਰੁਪਏ ਜਾਰੀ ਕਰ ਦਿੱਤੇ ਇਹੋ ਜੀਆਂ ਵੱਡੀਆਂ ਰਕਮਾਂ ਜਿਨ੍ਹਾਂ ਨੂੰ ਅੰਗਰੇਜ਼ੀ ਵਿੱਚ ਕਹਿੰਦੇ ਨੇ ਐਸਟਰੋਨੋਮਿਕਲ ਫਿਗਰਸ ਜਾ ਸਾਦੀ ਭਾਸ਼ਾ ਚ ਕਹਿ ਲਈਏ ਉਹ ਰਕਮਾਂ ਉਹ ਅੰਕੜੇ ਜਿਹੜੇ ਆਮ ਦੁਨੀਆ ਵਿੱਚ ਨਜ਼ਰ ਨਹੀਂ ਆਉਂਦੇ ਉਹਨਾਂ ਦੀਆਂ ਗੱਲਾਂ ਲੀਡਰ ਅਕਸਰ ਕਰਦੇ ਰਹਿੰਦੇ ਆ ਅਤੇ ਲੋਕੀ ਵੀ ਇਹਨਾਂ ਗੱਲਾਂ ਨੂੰ ਇਹਨਾਂ ਅੰਕੜਿਆਂ ਨੂੰ ਸੁਣ ਕੇ ਬੜੇ ਖੁਸ਼ ਹੁੰਦੇ ਆ ਕਿ ਲੀਡਰ ਨੇ ਐਡਾ ਵੱਡਾ ਐਲਾਨ ਕਰ ਦਿੱਤਾ ਐਡੇ ਵੱਡੀ ਰਕਮ ਐਲਾਨ ਕਰ ਦਿੱਤੀ ਇਹ ਰਕਮ ਦਰਸਲ ਕਿੱਥੋਂ ਆਉਂਦੀ ਆ ਕਿੱਥੇ ਜਾਂਦੀ ਆ ਕਿੱਥੇ ਪਈ ਹੁੰਦੀ ਆ ਇਹਦੇ ਬਾਰੇ ਕਿਸੇ ਨੂੰ ਨਹੀਂ ਪਤਾ ਸਿਵਾਏ ਲੀਡਰਾਂ ਦੇ ਸਿਆਸੀ ਆਗੂਆਂ ਦੇ ਸੋ ਲੋਕੀ ਜਦੋਂ ਇਹ ਰਕਮਾਂ ਸੁਣ ਕੇ ਖੁਸ਼ ਹੁੰਦੇ ਆ ਉਹਨਾਂ ਨੂੰ ਖੁਸ਼ ਹੋਣ ਦੀ ਤਾਂ ਸੋਚਣ ਦੀ ਲੋੜ ਹੈ ਕਿ ਦੇਸ਼ ਦੇ ਵਿੱਚ ਇੰਨਾ ਪੈਸਾ ਵਾਕਈ ਹੈ ਜੇ ਹੈ ਤਾਂ ਇਹਨੂੰ ਸਮੇਂ ਸਿਰ ਸਹੂਲਤਾਂ ਲੋਕਾਂ ਨੂੰ ਦੇਣ ਬਦਲੇ ਕਿਉਂ ਨਹੀਂ ਲਾਇਆ ਜਾਂਦਾ ਕਿਉਂ ਨਹੀਂ ਹਸਪਤਾਲਾਂ ਦਾ ਪੱਧਰ ਉੱਚਾ ਚੁੱਕਣ ਦੇ ਲਈ ਸਕੂਲਾਂ ਦਾ ਪੱਧਰ ਵਿੱਦਿਆ ਦਾ ਪੱਧਰ ਉੱਚਾ ਚੁੱਕਣ ਦੇ ਲਈ ਨੌਕਰੀਆਂ ਦੇ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਇਨ੍ਹਾਂ ਰਕਮਾਂ ਨੂੰ ਕਿਉਂ ਨਹੀਂ ਬਾਹਰ ਹਵਾ ਲੁਆਈ ਜਾਂਦੀ ਇਹ ਸੋਚਣ ਵਾਲੀ ਗੱਲ ਹੈ ਬਹੁਤੇ ਲੀਡਰਾਂ ਨੂੰ ਤਾਂ ਇਹ ਵੀ ਨਹੀਂ ਪਤਾ ਹੋਣਾ ਕਿ 20000 ਕਰੋੜ ਜਾਂ 5 ਟ੍ਰਿਲੀਅਨ ਦੇ ਵਿੱਚ ਕਿੰਨੇ ਜ਼ੀਰੋ ਹੁੰਦੇ ਆ ਪਰ ਫਿਰ ਵੀ ਉਹ ਇਹੋ ਜਿਹੇ ਸ਼ੋਸ਼ੇ ਜਿਹੜੇ ਆ ਉਹ ਛੱਡੀ ਰੱਖਦੇ ਆ ਅਤੇ ਨਾ ਹੀ ਉਹਨਾਂ ਦੇ ਸਮਰਥਕਾਂ ਨੂੰ ਇਹ ਪਤਾ ਹੁੰਦਾ ਕਿ ਇਹ ਰਕਮ ਕਿੰਨੀ ਬਣਦੀ ਹੈ ਮੇਰੇ ਬਿਆਨ ਨੂੰ ਤੋੜ ਮੋੜ ਕੇ ਪੇਸ਼ ਕੀਤਾ ਗਿਆ ਮੇਰੇ ਕਹਿਣ ਦਾ ਇਹ ਮਤਲਬ ਨਹੀਂ ਸੀ ਜੋ ਬਣਾ ਦਿੱਤਾ ਗਿਆ ਇਹ ਇੱਕ ਹੋਰ ਝੂਠ ਹੈ ਜਿਹੜਾ ਲੀਡਰ ਅਕਸਰ ਬੋਲਦੇ ਆ ਇਹ ਝੂਠ ਉਹ ਤੋਂ ਬੋਲਿਆ ਜਾਂਦਾ ਜਦੋਂ ਕੋਈ ਪੁੱਠਾ ਸਿੱਧਾ ਬਿਆਨ ਜਾਰੀ ਕਰ ਬੈਠਦੇ ਆ ਤੇ ਜਦੋਂ ਉਸ ਬਿਆਨ ਦਾ ਰੌਲਾ ਪੈਂਦਾ ਉਹਨਾਂ ਦੀ ਕਈ ਗੱਲ ਉੱਤੇ ਉਹਨਾਂ ਨੂੰ ਘੇਰਿਆ ਜਾਂਦਾ ਤਾਂ ਆਪਣੇ ਬਚਾਅ ਦੇ ਲਈ ਫਿਰ ਉਹ ਇਹ ਡਾਇਲੌਗ ਸੱਟਦੇ ਹੁੰਦੇ ਆ ਕਿ ਮੇਰੇ ਕਹਿਣ ਦਾ ਮਤਲਬ ਇਹ ਨਹੀਂ ਸੀ ਜਾਂ ਟ੍ਰਾਂਸਲੇਸ਼ਨ ਦੇ ਵਿੱਚ ਗੱਲ ਬਦਲ ਹੋ ਗਈ ਜਾਂ ਮੇਰੇ ਬਿਆਨ ਨੂੰ ਮੇਰੇ ਵਿਰੋਧੀਆਂ ਨੇ ਜਾਂ ਪੱਤਰਕਾਰਾਂ ਨੇ ਤੋੜ ਮੋੜ ਕੇ ਪੇਸ਼ ਕਰ ਦਿੱਤਾ ਇਹ ਸਿਰਫ ਆਪਣੇ ਆਪ ਨੂੰ ਬਚਾਉਣ ਦੀ ਇੱਕ ਕੋਸ਼ਿਸ਼ ਵਜੋਂ ਬੋਲਿਆ ਜਾਂਦਾ ਝੂਠ ਹੈ ਇਹਨੂੰ ਸਮਝ ਲਈਏ ਮੈਂ ਆਪਣੀ ਪਾਰਟੀ ਦਾ ਇੱਕ ਵਫਾਦਾਰ ਸਿਪਾਹੀ ਹਾਂ ਪਾਰਟੀ ਜਾਂ ਹਾਈ ਕਮਾਂਡ ਮੇਰੀ ਜੋ ਵੀ ਡਿਊਟੀ ਲਾਉਣਗੇ ਉਹ ਮੈਂ ਤੰਦ ਹੀ ਨਿਭਾਉਂਗਾ ਇਸ ਮੁੱਦੇ ਉੱਤੇ ਹਾਈ ਕਮਾਂਡ ਦਾ ਜੋ ਵੀ ਫੈਸਲਾ ਹੋਊਗਾ ਉਹ ਮੈਨੂੰ ਮਨਜ਼ੂਰ ਹੋਊਗਾ ਇਹੋ ਜਿਹੇ ਬਿਆਨ ਵੀ ਲੀਡਰਾਂ ਦੇ ਮੂੰਹੋਂ ਅਕਸਰ ਅਸੀਂ ਸੁਣਦੇ ਰਹਿੰਨੇ ਆ ਅਤੇ ਇਹ ਵੀ ਕੋਹਰਾ ਝੂਠ ਹੁੰਦੇ ਆ ਇਹ ਬਿਆਨ ਲੀਡਰ ਉਦੋਂ ਦਿੰਦੇ ਆ ਜਦੋਂ ਉਹਨਾਂ ਨੂੰ ਹਾਈ ਕਮਾਂਡ ਤੋਂ ਕੋਈ ਫਾਇਦਾ ਹੋਣ ਦੀ ਆਸ ਹੁੰਦੀ ਹੈ ਪਰ ਜਦੋਂ ਬਾਅਦ ਵਿੱਚ ਉਹ ਫਾਇਦਾ ਨਹੀਂ ਹੁੰਦਾ ਜੋ ਉਹਨਾਂ ਨੇ ਉਮੀਦ ਲਾਈ ਹੁੰਦੀ ਹੈ ਉਹ ਪੂਰੀ ਨਹੀਂ ਹੁੰਦੀ ਤਾਂ ਫਿਰ ਉਸੇ ਹਾਈ ਕਮਾਂਡ ਦੇ ਖਿਲਾਫੇ ਬਗਾਵਤ ਵੀ ਕਰਦੇ ਆ ਤੇ ਪਾਰਟੀ ਬਦਲਣ ਲੱਗਿਆਂ ਵੀ ਮੈਂਟ ਨਹੀਂ ਲਾਉਂਦੇ ਇਹ ਵਫਾਦਾਰੀ ਜਿਹੜੀ ਆ ਇਹ ਬਿਆਨਾਂ ਤੱਕ ਹੀ ਸੀਮਤ ਹੁੰਦੀ ਆ ਇਹ ਬਾਦ ਵਿੱਚ ਬਦਲਣ ਲੱਗਿਆਂ ਸਕਿੰਟ ਨਹੀਂ ਲਾਉਂਦੀ ਇਸ ਲਈ ਪਾਰਟੀ ਦੇ ਪ੍ਰਤੀਜੋਧਨ ਲੀਡਰ ਵਫਾਦਾਰੀਆਂ ਵਿਖਾਉਂਦੇ ਆ ਤਾਂ ਉਹ ਵਫਾਦਾਰੀ ਵੀ ਇੱਕ ਝੂਠ ਤੇ ਆਧਾਰਿਤ ਬਿਆਨ ਹੀ ਹੋ ਨਿਬੜਦੀ ਹੈ ਕਿਉਂਕਿ ਜੇ ਸੱਚ ਹੁੰਦਾ ਤਾਂ ਲੀਡਰ ਕਦੇ ਵੀ ਨਿੱਕੀ ਨਿੱਕੀ ਗੱਲ ਉਤੇ ਗੁੱਸੇ ਹੋ ਕੇ ਪਾਰਟੀਆਂ ਨਾ ਬਦਲਦੇ ਆਪਣੀਆਂ ਵਫਾਦਾਰੀਆਂ ਨਾ ਬਦਲਦੇ ਇਸ ਤੋਂ ਬਾਅਦ ਇੱਕ ਇਲੈਕਸ਼ਨ ਮੈਨੀਫੈਸਟੋ ਨਾਂ ਦੀ ਚੀਜ਼ ਹੁੰਦੀ ਹੈ ਕਿਸੇ ਵੀ ਚੋਣ ਤੋਂ ਪਹਿਲਾਂ ਹਰ ਇੱਕ ਪਾਰਟੀ ਆਪਣਾ ਕਲੈਕਸ਼ਨ ਮੈਨੀਫੈਸਟੋ ਤਿਆਰ ਕਰਕੇ ਲੋਕਾਂ ਮੂਰੇ ਰੱਖ ਦਈਏ ਜਿਹਦੇ ਵਿੱਚ ਉਹ ਇਹ ਦੱਸਦੇ ਆ ਕਿ ਅਸੀਂ ਸੱਤਾ ਵਿੱਚ ਆਉਣ ਤੇ ਕੀ ਕਰਾਂਗੇ ਇਹ ਜਿਹੜਾ ਇਲੈਕਸ਼ਨ ਮੈਨੀਫੈਸਟੋ ਆ ਇਹ ਇੱਕ ਬਹੁਤ ਵੱਡਾ ਝੂਠ ਦਾ ਪੁਲੰਦਾ ਆ ਜੇ ਆਪਾਂ ਕਹਿ ਲਈਏ ਕਿ ਸਾਰੀ ਦੁਨੀਆ ਵਿੱਚ ਜਿੰਨਾ ਵੀ ਲਿਟਰੇਚਰ ਆ ਸਾਹਿਤ ਆ ਜਾਂ ਜੋ ਵੀ ਕਿਤਾਬਾਂ ਛਪਦੀਆਂ ਨੇ ਛਪਾਈ ਦਾ ਜੋ ਵੀ ਸਮਾਨ ਆ ਉਹਦੇ ਵਿੱਚ ਸਭ ਤੋਂ ਵੱਡਾ ਝੂਠ ਦਾ ਪੁਲੰਦਾ ਕੀ ਹੁੰਦਾ ਇਲੈਕਸ਼ਨ ਮੈਨੀਫੈਸਟੋ ਇਹਦੇ ਵਿੱਚ ਜਿਹੜੀ ਵੀ ਗੱਲ ਲਿਖੀ ਗਈ ਹੁੰਦੀ ਆ ਉਹ ਆਮ ਤੌਰ ਤੇ ਝੂਠ ਹੀ ਹੁੰਦੀ ਹੈ ਅਤੇ ਉਹ ਕਦੀ ਵੀ ਪੂਰੀ ਨਹੀਂ ਹੁੰਦੀ। ਕਈ ਵਾਰੀ ਲੀਡਰ ਆਪਣੇ ਫਾਇਦੇ ਨੂੰ ਵੇਖਦੇ ਹਨ ਵਿੱਚੋਂ ਕੁਝ ਗੱਲਾਂ ਕਰਕੇ ਵੀ ਵਿਖਾ ਦਿੰਦੇ ਆ ਜੇ ਰਾਂ ਨੂੰ ਲੱਗਦਾ ਹੁੰਦਾ ਕਿ ਬਹੁਤ ਵੱਡੇ ਪੱਧਰ ਤੇ ਫਾਇਦਾ ਹੋਊਗਾ ਪਰ 99% ਦੀਆਂ ਗੱਲਾਂ ਇਲੈਕਸ਼ਨ ਮੈਨੀਫੈਸਟੋ ਦੀਆਂ ਝੂਠ ਹੀ ਸਾਬਤ ਹੁੰਦੀਆਂ ਕਿਉਂਕਿ ਉਹ ਹਕੀਕਤ ਵਿੱਚ ਕਦੇ ਹੁੰਦੀਆਂ ਹੀ ਨਹੀਂ। ਇਲੈਕਸ਼ਨ ਮੈਨੀਫੈਸਟੋ ਵਿੱਚ ਮੁੱਖ ਤੌਰ ਤੇ ਹੁੰਦਾ ਕੀ ਹੈ ਚੋਣਾਂ ਤੋਂ ਪਹਿਲਾਂ ਕੀਤੇ ਗਏ ਵਾਅਦੇ। ਕੁਝ ਵਾਅਦੇ ਤੁਹਾਨੂੰ ਯਾਦ ਕਰਾਉਣੇ ਆ। ਅੱਛੇ ਦਿਨ ਕੱਲੇ-ਕੱਲੇ ਨਾਗਰਿਕ ਦੇ ਖਾਤੇ ਵਿੱਚ 15 ਲੱਖ ਰੁਪਏ। ਪੰਜਾਬ ਅੰਦਰੋਂ 4 ਹਫ਼ਤਿਆਂ ਖਤਮ ਹੋ ਜਾਊਗਾ ਕਰ ਕਰ ਨੌਕਰੀ ਕਰ ਕਰ ਰੋਜ਼ਗਾਰ ਦੇਸ਼ ਵਿਸ਼ਵ ਗੁਰੂ ਬਣੂਗਾ ਇਹੋ ਜੀਆਂ ਬਹੁਤ ਸਾਰੀਆਂ ਗੱਲਾਂ ਚੋਣਾਂ ਤੋਂ ਪਹਿਲਾਂ ਹੁੰਦੀਆਂ ਆ ਪਰ ਚੋਣਾਂ ਤੋਂ ਬਾਅਦ ਖੁਦ ਲੀਡਰ ਇਹਨਾਂ ਨੂੰ ਆਪਣੇ ਹੱਥੀਂ ਚੱਕ ਕੇ ਕਿਸੇ ਟੋਕਰੇ ਵਿੱਚ ਸੁੱਟ ਦਿੰਦੇ ਆ ਅਗਲਾ ਝੂਠ ਹੈ ਜੀ ਕਿ ਬਹੁਤ ਸਾਰੇ ਲੀਡਰ ਇਹ ਕਹਿੰਦੇ ਆ ਕਿ ਅਸੀਂ ਲੋਕਾਂ ਦੇ ਇਸ ਮੁੱਦੇ ਬਾਰੇ ਜਾਂ ਲੋਕਾਂ ਦੀ ਇਸ ਸਮੱਸਿਆ ਬਾਰੇ ਮੁੱਖ ਮੰਤਰੀ ਸਾਹਿਬ ਨੂੰ ਚਿੱਠੀ ਲਿਖ ਦਿੱਤੀ ਆ ਜਾਂ ਕਿਸੇ ਸੂਬੇ ਦਾ ਮੁੱਖ ਮੰਤਰੀ ਕਹਿ ਰਿਹਾਦਾ ਕਿ ਲੋਕਾਂ ਦੀ ਇਸ ਸਮੱਸਿਆ ਬਾਰੇ ਮੈਂ ਦੇਸ਼ ਦੇ ਕੇਂਦਰੀ ਗ੍ਰਹਿ ਮੰਤਰੀ ਨੂੰ ਚਿੱਠੀ ਲਿਖ ਦਿੱਤੀ ਆ ਫਾਈਨਾਂਸ ਮਨਿਸਟਰ ਨੂੰ ਚਿੱਠੀ ਲਿਖ ਦਿੱਤੀ ਆ ਪ੍ਰਧਾਨ ਮੰਤਰੀ ਨੂੰ ਰਾਸ਼ਟਰਪਤੀ ਨੂੰ ਚਿੱਠੀ ਲਿਖ ਦਿੱਤੀ ਆ ਹੁਣ ਇਹਨਾਂ ਨੂੰ ਪੁੱਛੇ ਕਿ ਅੱਜ ਕੱਲ੍ਹ ਦੇ ਜ਼ਮਾਨੇ 'ਚ ਚਿੱਠੀ ਲਿਖ ਕੇ ਲੋਕਾਂ ਦੇ ਕੰਮ ਕੌਣ ਕਰਵਾਉਂਦਾ ਹੈ ਹੁਣ ਤਾਂ ਵੀਡੀਓ ਕਾਨਫਰੈਂਸਿੰਗ ਆ ਗਈ ਟੈਲੀਕਮਿਊਨੀਕੇਸ਼ਨ ਦੇ ਨਵੇਂ ਤੋਂ ਨਵੇਂ ਸਾਧਨ ਆ ਚੁੱਕੇ ਆ ਹੈਲੀਕਾਪਟਰ ਹੈਗੇ ਆ ਤੁਸੀਂ ਕੁਝ ਘੰਟਿਆਂ ਚ ਜਾ ਕੇ ਮਿਲਣ ਦਾ ਸਮਾਂ ਲੈ ਸਕਦੇ ਆ ਮਿਲ ਕੇ ਆ ਸਕਦੇ ਆ ਖੁਦ ਜਾ ਕੇ ਲੋਕਾਂ ਦੀ ਸਮੱਸਿਆ ਦਾ ਹੱਲ ਕਰਵਾ ਸਕਦੇ ਆ ਪਰ ਹੁਣ ਵੀ ਇਹ ਚਿੱਠੀਆਂ ਦਾ ਸਹਾਰਾ ਕਿਉਂ ਲੈਂਦੇ ਆ ਦਰਸਲ ਚਿੱਠੀ ਲਿਖ ਕੇ ਲੋਕਾਂ ਦੇ ਮਸਲੇ ਹੱਲ ਕਰਾਉਣ ਦਾ ਇਹ ਝੂਠੇਸ ਕਰਕੇ ਬੋਲਦੇ ਆ ਜਾਂ ਇਹ ਬਿਆਨ ਇਸ ਕਰਕੇ ਦਿੰਦੇ ਆ ਕਿਉਂਕਿ ਚਿੱਠੀ ਉਹਨਾਂ ਨੇ ਇੱਕ ਕਾਰਵਾਈ ਦੇ ਵਿੱਚ ਪਾਉਣੀ ਹੁੰਦੀ ਹੈ ਚਿੱਠੀ ਦੇ ਉੱਪਰ ਕੀ ਹੁੰਦਾ ਕਿ ਰੈਫਰੈਂਸ ਨੰਬਰ ਪੇ ਜਾਂਦਾ ਹੈ ਰੈਫਰੈਂਸ ਨੰਬਰ ਦਾ ਮਤਲਬ ਹੁੰਦਾ ਹੈ ਕਿ ਕਾਗਜ਼ੀ ਕਾਰਵਾਈ ਦੇ ਵਿੱਚ ਇਹ ਮਾਮਲਾ ਦਰਜ ਹੋ ਗਿਆ ਕਿ ਲੀਡਰ ਨੇ ਜੀ ਲੋਕਾਂ ਦੇ ਕੰਮ ਕਰਾਉਣ ਦੇ ਲਈ ਚਿੱਠੀ ਲਿਖੀ ਅਤੇ ਆ ਉਹਦਾ ਨੰਬਰ ਇੱਕ ਸਬੂਤ ਵਜੋਂ ਰੱਖ ਲਈ ਜਾਂਦੀ ਹੈ ਜੋ ਕੱਲ ਨੂੰ ਵਿਖਾਈ ਜਾ ਸਕਦੀ ਹੈ ਨਹੀਂ ਤਾਂ ਚਿੱਠੀਆਂ ਦੇ ਉੱਪਰ ਮਸਲੇ ਕਿੰਨੇ ਕ ਹੱਲ ਹੁੰਦੇ ਆ ਇਹ ਆਪਾਂ ਸਾਰੇ ਚੰਗੀ ਤਰ੍ਹਾਂ ਜਾਣਦੇ ਆ ਅਕਸਰ ਇਹ ਤਾਂ ਹੁੰਦਾ ਹੈ ਕਿ ਕਿਸੇ ਪਾਰਟੀ ਦਾ ਕੋਈ ਲੀਡਰ ਦੇਸ਼ ਵਿੱਚ ਜਦੋਂ ਵੀ ਕਿਤੇ ਕੋਈ ਮੰਦਭਾਗੀ ਘਟਨਾ ਵਾਪਰ ਜਾਂਦੀ ਹੈ ਜਦੋਂ ਕੋਈ ਅਪਰਾਧਿਕ ਕਾਰਵਾਈ ਹੋ ਜਾਂਦੀ ਹੈ ਜਾਂ ਕਿਸੇ ਲੀਡਰ ਦਾ ਕੋਈ ਕਾਰਾ ਲੋਕਾਂ ਦੇ ਸਾਹਮਣੇ ਆ ਜਾਂਦਾ ਹੈ ਤਾਂ ਉਸ ਲੀਡਰ ਦੇ ਕਾਰੇ ਤੋਂ ਉਹਦੇ ਸਾਥੀ ਲੀਡਰ ਜਾਂ ਉਹਦੀ ਪਾਰਟੀ ਦੇ ਹੋਰ ਸਿਆਸੀ ਆਗੂ ਜਿਹੜੇ ਆ ਉਹ ਕੀ ਕਹਿ ਰਹਿੰਦੇ ਆ ਕਿ ਅਸੀਂ ਇਸ ਘਟਨਾ ਦੀ ਨਿੰਦਾ ਕਰਦੇ ਆ ਜਾਂ ਸਾਡਾ ਇਸ ਬਿਆਨ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਅਸੀਂ ਆਪਣੇ ਆਪ ਨੂੰ ਇਸ ਬਿਆਨ ਤੋਂ ਵੱਖਰਾ ਸਮਝਦੇ ਆ ਜਾਂ ਇਹ ਸਾਡੇ ਲੀਡਰ ਦੀ ਆਪਣੀ رائے ਆ ਸਾਡੀ ਪਾਰਟੀ ਦੀ رائے ਵੱਖਰੀ ਆ ਮਤਲਬ ਆਪਣੀ ਹੀ ਪਾਰਟੀ ਦੇ ਬੰਦੇ ਦੇ ਕਿਸੇ ਪੁੱਠੇ ਸਿੱਧੇ ਬਿਆਨ ਤੋਂ ਆਪਣੇ ਆਪ ਨੂੰ ਬਚਾਉਣ ਦੇ ਲਈ ਲੀਡਰ ਅਕਸਰ ਅਜਿਹਾ ਬਿਆਨ ਦੇ ਦਿੰਦੇ ਆ ਕਿ ਅਸੀਂ ਸਿਰਫ ਇਹਦੀ ਨਿੰਦਾ ਕਰਦੇ ਆ ਜਾਂ ਅਸੀਂ ਇਸ ਦੇ ਨਾਲ ਸਹਿਮਤ ਨਹੀਂ ਹੁਣ ਇਥੇ ਝੂਠ ਇਸ ਕਰਕੇ ਸਾਬਤ ਹੋ ਜਾਂਦਾ ਹੈ ਕਿਉਂਕਿ ਲੋਕਾਂ ਨੇ ਲੀਡਰਾਂ ਨੂੰ ਨਿੰਦਾ ਕਰਨ ਦੇ ਲਈ ਉੱਚੇ ਅਹੁਦਿਆਂ ਤੇ ਨਹੀਂ ਬਿਠਾਇਆ ਉਹਨਾਂ ਨੂੰ ਮੰਤਰੀਆਂ ਦੇ ਅਹੁਦੇ ਇਸ ਕਰਕੇ ਨਹੀਂ ਦਿੱਤੇ ਕਿ ਉਹ ਸਿਰਫ ਨਿੰਦਾ ਕਰਨ ਨਿੰਦਾ ਤਾਂ ਕੋਈ ਵੀ ਕਰ ਸਕਦਾ ਹੈ ਨਿੰਦਾ ਆਮ ਜਨਤਾ ਵੀ ਕਰਦੀ ਹੈ ਅਸੀਂ ਤੁਸੀਂ ਸਾਰੇ ਕਰਦੇ ਆ ਲੀਡਰਾਂ ਦੇ ਹੱਥ ਤਾਕਤ ਆ ਪਾਵਰ ਆ ਉਹਨਾਂ ਦਾ ਕੰਮ ਹੁੰਦਾ ਐਕਸ਼ਨ ਲੈਣਾ ਅਤੇ ਕੁਝ ਕਰਕੇ ਵਿਖਾਉਣਾ ਸੋ ਜਦੋਂ ਲੀਡਰ ਕਹਿੰਦੇ ਆ ਕਿ ਅਸੀਂ ਨਿੰਦਾ ਕਰਦੇ ਆਂ ਹੋਰ ਨਿਖੇਧੀ ਕਰਦੇ ਆਂ ਇਹ ਸਿਰਫ ਇੱਕ ਝੂਠ ਹੀ ਸਾਬਤ ਹੁੰਦਾ ਮੈਨੂੰ ਹਾਈ ਕੋਰਟ ਉੱਤੇ ਪੂਰਾ ਭਰੋਸਾ ਆ ਮੈਨੂੰ ਸੁਪਰੀਮ ਕੋਰਟ ਤੇ ਪੂਰਾ ਭਰੋਸਾ ਆ ਮੈਨੂੰ ਦੇਸ਼ ਤੇ ਸੰਵਿਧਾਨ ਤੇ ਨਿਆਂਪਾਲਿਕਾ ਉੱਤੇ ਪੂਰਾ ਭਰੋਸਾ ਆ ਇਹ ਇੱਕ ਬਹੁਤ ਵੱਡਾ ਝੂਠ ਹੈ ਜਿਹੜਾ ਲੀਡਰ ਬੋਲਦੇ ਆ ਇਹ ਝੂਠਾਦੋਂ ਬੋਲਦੇ ਆ ਜਦੋਂ ਉਹਨਾਂ ਦਾ ਫੈਸਲਾ ਹਲੇ ਆਉਣਾ ਬਾਕੀ ਹੁੰਦਾ ਹੈ ਫੈਸਲਾ ਆਉਣ ਤੋਂ ਬਾਅਦ ਜੇ ਹਾਈ ਕੋਰਟ ਦਾ ਫੈਸਲਾ ਉਹਨਾਂ ਦੇ ਖਿਲਾਫ ਆ ਜਾਏ ਤਾਂ ਸੁਪਰੀਮ ਕੋਰਟ ਦੇ ਵਿੱਚ ਜਾਂਦੇ ਆ ਉਸ ਵੇਲੇ ਫਿਰ ਹਾਈ ਕੋਰਟ ਦਾ ਮਾਨ ਸਨਮਾਨ ਨੂੰ ਭੁੱਲ ਜਾਂਦੇ ਆ ਸੁਪਰੀਮ ਕੋਰਟ ਵਿੱਚ ਫੈਸਲਾ ਆਉਣ ਤੋਂ ਪਹਿਲਾਂ ਵੀ ਇਹ ਕਹਿੰਦੇ ਆ ਕਿ ਸਾਨੂੰ ਪੂਰਾ ਭਰੋਸਾ ਹੈ ਪਰ ਜਦੋਂ ਫੈਸਲਾ ਉਹਨਾਂ ਦੇ ਖਿਲਾਫ ਆ ਜਾਂਦਾ ਹੈ ਫਿਰ ਸੁਪਰੀਮ ਕੋਰਟ ਦੇ ਫੈਸਲੇ ਉੱਤੇ ਵੀ ਉਂਗਲੀਆਂ ਚੁੱਕਣ ਲੱਗਦੇ ਆ ਸੋ ਜਦੋਂ ਲੀਡਰ ਇਹ ਕਹਿੰਦੇ ਆ ਕਿ ਸਾਨੂੰ ਪੂਰਾ ਭਰੋਸਾ ਹੈ ਤਾਂ ਉਹ ਭਰੋਸਾ ਸਿਰਫ ਫੈਸਲਾ ਆਪਣੇ ਹੱਕ ਵਿੱਚ ਆਉਣ ਦਾ ਹੀ ਹੁੰਦਾ ਹੈ ਨਿਆਂਪਾਲਿਕਾ ਉੱਤੇ ਉਹਨਾਂ ਨੂੰ ਭਰੋਸਾ ਨਹੀਂ ਹੁੰਦਾ ਨਹੀਂ ਤਾਂ ਉਹ ਇਧਰ ਉਧਰ ਜ਼ਮਾਨਤਾ ਲੈਣ ਦੇ ਲਈ ਹੱਥ ਪੈਰ ਨਾ ਮਾਰਦੇ ਅਤੇ ਆਖਰ ਵਿੱਚ ਸਭ ਤੋਂ ਵੱਡਾ ਝੂਠ ਲੀਡਰ ਕਦੋਂ ਬੋਲਦੇ ਆ ਸੌਹ ਚੁੱਕਣ ਵੇਲੇ ਜਦੋਂ ਕਿਸੇ ਵੀ ਮੰਤਰੀ ਅਹੁਦੇ ਦੀ ਜਾਂ ਕਿਸੇ ਵੀ ਹੋਰ ਵੱਡੇ ਅਹੁਦੇ ਦੀ ਉਹ ਸੌਹ ਚੁੱਕਦੇ ਆ ਤਾਂ ਉਸ ਵੇਲੇ ਜਿਹੜੀਆਂ ਵੀ ਗੱਲਾਂ ਕਰਦੇ ਆ ਉਹ ਝੂਠ ਹੀ ਸਾਬਤ ਹੁੰਦੀਆਂ ਜਿਵੇਂ ਕਿ ਸੌਹ ਚੁੱਕਣ ਲੱਗੇ ਉਹ ਕੀ ਕਹਿੰਦੇ ਆ ਜੇ ਅਸੀਂ ਆਪਣਾ ਕੰਮ ਇਮਾਨਦਾਰੀ ਦੇ ਨਾਲ ਕਰਾਂਗੇ ਤਨਦੇਹੀ ਦੇ ਨਾਲ ਆਪਣਾ ਫਰਜ਼ ਨਿਭਾਵਾਂਗੇ ਦੇਸ਼ ਤੇ ਲੋਕਾਂ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਵਿਤਕਰਾ ਨਹੀਂ ਕਰਾਂਗੇ ਧਰਮ ਜਾਤੀ ਲਿੰਗ ਦੇ ਆਧਾਰ ਤੇ ਕਿਸੇ ਨਾਲ ਕੋਈ ਭੇਦ ਭਾਵ ਨਹੀਂ ਹੋਊਗਾ ਸਾਰਿਆਂ ਦਾ ਧਿਆਨ ਰੱਖਿਆ ਜਾਊਗਾ ਦੇਸ਼ ਦੇ ਹਿੱਤਾਂ ਨੂੰ ਅਸੀਂ ਪੂਰੀ ਤਰ੍ਹਾਂ ਸੁਰੱਖਿਅਤ ਰੱਖਾਂਗੇ ਇਹੋ ਜੇ ਬਹੁਤ ਸਾਰੀਆਂ ਗੱਲਾਂ ਲੀਡਰ ਸੌਂ ਚੁੱਕਣ ਵੇਲੇ ਕਰਦੇ ਆ ਪਰ ਇਹਨਾਂ 'ਚੋਂ ਕਿੰਨੀਆਂ ਕੋ ਨਿਭਾਉਂਦੇ ਆ ਇਹ ਆਪਾਂ ਸਾਰੇ ਭਲੀ ਭਾਂਤ ਜਾਣਦੇ ਆ ਅਤੇ ਸਾਫ਼ ਸਪਸ਼ਟ ਗੱਲ ਇਹ ਹੈ ਕਿ ਸੌਂ ਚੁੱਕਣ ਵੇਲੇ ਜਿੰਨੀਆਂ ਵੀ ਗੱਲਾਂ ਕਰਦੇ ਆ ਆਮ ਤੌਰ ਤੇ ਹਕੀਕਤ ਵਿੱਚ ਇਸ ਤੋਂ ਉਲਟਾ ਹੀ ਕਰਦੇ ਆ ਇਹ ਹੈ ਸਾਡੇ ਦੇਸ਼ ਦੇ ਲੀਡਰਾਂ ਦਾ ਹਾਲ ਸੋ ਇਸ ਤਰ੍ਹਾਂ ਅੱਜ ਦੇਸ਼ ਪ੍ਰੋਗਰਾਮ ਰਾਹੀਂ ਅਸੀਂ ਇੱਕ ਨਵੀਂ ਪੇਸ਼ਕਸ਼ ਲਿਆਉਂਦਾ ਇੱਕ ਨਵੀਂ ਕੋਸ਼ਿਸ਼ ਕਰਦੇ ਆ ਸਾਡੇ ਦੇਸ਼ ਦੇ ਲੀਡਰਾਂ ਦੁਆਰਾ ਬੋਲੇ ਜਾਂਦੇ ਬਹੁਤ ਸਾਰੇ ਝੂਠਾਂ ਦੇ ਵਿੱਚੋਂ 10 ਚੋਟੀ ਦੇ ਝੂਠ ਫੜ ਕੇ ਤੁਹਾਡੇ ਸਾਹਮਣੇ ਲਿਆਂਦੇ ਅਤੇ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਕਿ ਇਹ ਗੱਲਾਂ ਉਹ ਪਹਿਲਾਂ ਵੀ ਕਰਦੇ ਸੀ ਹੁਣ ਵੀ ਕਰਦੇ ਆ ਅਤੇ ਗਾਹ ਵੀ ਕਰੀ ਜਾਣੀਆਂ ਅਸੀਂ ਇਹਨਾਂ ਨੂੰ ਚੁੱਪ ਕਰਕੇ ਸੁਣਦੇ ਨਾ ਰਹੀਏ ਸਾਡੇ ਕੰਨ ਤੇ ਦਿਮਾਗ ਇੰਨਾ ਖੁੱਲਾ ਹੋਵੇ ਕਿ ਅਸੀਂ ਇਸ ਝੂਠ ਨੂੰ ਫੌਰਨ ਫੜ ਲਈਏ ਕਿਉਂਕਿ ਹੁਣ ਜ਼ਮਾਨਾ ਉਹ ਨਹੀਂ ਕਿ ਲੀਡਰ ਜੋ ਵੀ ਕਹਿੰਦੇ ਆ ਉਹਨੂੰ ਚੁੱਪਚਾਪ ਸੁਣੀ ਜਾਣਾ ਹੈ ਸਵਾਲ ਕਰਨਾ ਲੋਕਾਂ ਦਾ ਫਰਜ਼ ਵੀ ਹੈ ਅਤੇ ਹੱਕ ਵੀ ਹੈ ਹੁਣ ਲੋਕਾਂ ਨੂੰ ਜਾਗਰੂਕ ਹੋਣਾ ਪੈਣਾ ਜਿੱਦਣ ਅਸੀਂ ਲੀਡਰਾਂ ਦੇ ਝੂਠ ਫੜ ਕੇ ਉਹਨਾਂ ਨੂੰ ਸਵਾਲ ਪੁੱਛਣੇ ਸ਼ੁਰੂ ਕਰਤੇ ਉਹ ਦਿਨ ਸਿਆਸਤ ਆਪਣੇ ਆਪ ਸਾਫ਼ ਹੋਣੀ ਸ਼ੁਰੂ ਹੋ ਜਾਣੀ ਹੈ ਨਹੀਂ ਤਾਂ ਜੇ ਲੀਡਰਾਂ ਦੇ ਝੂਠੇ ਦੇ ਅਸੀਂ ਹਾਂਜੀ ਹਾਂਜੀ ਕਹੇ ਕਿ ਸੁਣਦੇ ਰਹੇ ਜਾਂ ਹੋਊ ਪਰੇ ਕਿ ਕਹੇ ਕਿ ਟਾਲ ਦੇ ਰਹੇ ਤਾਂ ਸਿਆਸਤ ਇਦਾਂ ਹੀ ਝੂਠ ਦਾ ਇੱਕ ਸਮੁੰਦਰ ਬਣੀ ਰਹਿਣੀ ਹੈ ਆਸ ਹੈ ਕਿ ਸਾਡੇ ਦਰਸ਼ਕਾਂ ਨੇ ਲੀਡਰਾਂ ਦੇ ਝੂਠ ਜ਼ਰੂਰ ਸਮਝ ਲਏ ਹੋਣਗੇ ਅਤੇ ਅਗਲੀ ਵਾਰ ਜਦੋਂ ਵੀ ਉਹ ਝੂਠ ਸੁਣਨਗੇ ਤਾਂ ਉਹਨਾਂ ਦੇ ਕੰਨਾਂ ਵਿੱਚ ਅਲਰਟ ਆਪਣੇ ਆ ਵਜੂਗਾ ਕਿ ਆ ਬੰਦਾ ਆ ਲੀਡਰ ਹੁਣ ਇਸ ਵੇਲੇ ਝੂਠ ਬੋਲ ਰਿਹਾ ਹੈ ਇਹੀ ਸਾਡੀ ਪ੍ਰੋਗਰਾਮ ਬਣਾਉਣ ਦੀ ਮਨਸ਼ਾ ਸੀ ਆਸ ਹੈ ਕਿ ਤੁਹਾਨੂੰ ਇਹ ਕੋਸ਼ਿਸ਼ ਪਸੰਦ ਆਈ ਹੋਊਗੀ ਜੇ ਐਪੀਸੋਡ ਚੰਗਾ ਲੱਗਿਆ ਤਾਂ ਇਸ ਨੂੰ ਅੱਗੇ 4 ਲੋਕਾਂ ਤੱਕ ਵੀ ਪਹੁੰਚਾਓ ਇਸ ਨੂੰ ਸ਼ੇਅਰ ਕਰੋ ਫਾਰਵਰਡ ਕਰੋ ਤਾਂ ਕਿ ਲੋਕੀ ਵੀ ਲੀਡਰਾਂ ਦਾ ਝੂਠ ਇਸੇ ਤਰ੍ਹਾਂ ਫੜਨਾ ਸ਼ੁਰੂ ਕਰ ਦੇਣ ਅੱਜ ਦਾ ਐਪੀਸੋਡ ਵੇਖਣ ਦੇ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ